ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਖੁਸ਼ੀ ਹੋਈ ਹੈ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਕੇ। ਮੈਂ ਸ਼ੁਕਰਗੁਜ਼ਾਰ ਹਾਂ ਜਿਹੜੀ ਟੀਮ ਮੇਰੇ ਕੋਲੇ ਗਈ ਸੀ, ਸਰਦਾਰ ਨਾਜਰ ਸਿੰਘ ਜੀ ਦੇ ਸਾਹਿਬਜ਼ਾਦੇ ਨਿਰਮਲ ਸਿੰਘ ਜੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਦੋਸਤ, ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ, ਤੁਹਾਡੇ ਦਰਸ਼ਨ ਕਰਵਾਏ। ਇਸ ਪਵਿੱਤਰ ਧਰਤੀ ਤੇ ਆ ਕੇ ਬਹੁਤ ਹੀ ਖੁਸ਼ੀ ਹੋਈ ਹੈ। ਤੁਸੀਂ ਹਮੇਸ਼ਾ ਮੈਨੂੰ ਪਿਆਰ ਦਿੱਤਾ, ਮੇਰੀਆਂ ਫਿਲਮਾਂ ਨੂੰ ਪਿਆਰ ਦਿੱਤਾ, ਔਰ ਉਮੀਦ ਰੱਖਦਾ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਮੁਹੱਬਤਾਂ ਦਿੰਦੇ ਰਹੋਗੇ। ਇੱਕ ਗੱਲ ਯਾਦ ਰੱਖਿਓ, ਅਗਲੇ ਮਹੀਨੇ 25 ਤਰੀਕ ਨੂੰ ਆਪਣੀ ਫਿਲਮ ਆ ਰਹੀ ਹੈ, ਉਹਦਾ ਨਾਂ ਵੀ 25 ਕਿੱਲੇ ਹੀ ਹੈ, ਹੁਣ ਜ਼ਰੂਰ ਵੇਖਣ ਜਾਇਓ। ਔਰ 17 ਸਾਲਾਂ ਬਾਅਦ ਮੈਂ ਤੇ ਯੋਗਰਾਜ ਇਕੱਠੇ ਹੋ ਰਹੇ ਹਾਂ ਉਸ ਫਿਲਮ ਦੇ ਵਿੱਚ। ਜਿਸ ਤਰ੍ਹਾਂ ਦੀਆਂ ਫਿਲਮਾਂ ਤੁਸੀਂ ਚਾਹੁੰਦੇ ਜੇ ਉਸੇ ਤਰ੍ਹਾਂ ਦੀ ਫਿਲਮ ਹੈ। ਵਾਹਿਗੁਰੂ ਕਰੇ ਤੁਹਾਡੀ ਮੁਹੱਬਤ ਮੇਰੇ ਨਾਲ ਜੁੜੀ ਰਹੇ, ਬੜੀ ਮਿਹਰਬਾਨੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਟੀਮ ਖੇਡ ਰਹੇ ਹੈ ਨਾ ਜੀ। ਮੈਨੂੰ ਤੇਰੀ ਸੋਹਣੇ ਭਾਬੀ, ਅੱਜ ਤੋਂ ਬਾਅਦ ਜ਼ਾਲਮ ਤੇ ਪਾਪੀ ਤੇਰੇ ਜਿਉਣੇ ਤੋਂ ਥਰ ਥਰ ਕੰਬਿਆ ਕਰਨਗੇ। ਅੱਜ ਤੋਂ ਬਾਅਦ ਭੁਚਾਲ ਦਾ ਦੂਜਾ ਨਾਂ ਹੋਏਗਾ ਜਿਉਣਾ ਮੌਤ। ਔਰ ਤੂੰ ਮੈਨੂੰ ਕੋਈ ਦੁਸ਼ਮਣ ਨਹੀਂ, ਮੰਗਤਾ ਲੱਗਿਆ ਏ ਭੈਣ ਦਿਆ ਵੀਰਾ, ਪਣੋਈਆ ਨੀ ਮਿਲਿਆ ਤਾਂ ਮਾਂ ਤੇ ਰੋਗ ਜਮਾਉਣ ਲੱਗ ਪਿਆ ਹੈ। ਓ ਮੁੰਚੀ, ਅੱਜ ਰਾਤ ਨੂੰ ਕੈਦੀਆਂ ਦੀ ਗਿਣਤੀ ਵਿੱਚੋਂ ਇੱਕ ਕੈਦੀ ਦੀ ਗਿਣਤੀ ਘੱਟ ਹੋਵੇ ਤਾਂ ਸਮਝ ਲਈ ਜੱਗੇ ਜੱਟ ਨੇ ਖੜਾਕ ਕਰ ਦਿੱਤਾ ਈ ਓਏ। ਓ ਦੇਸੀ ਘਿਓ ਦੇ ਟੀਨ ਤੇ ਮੈਂ ਆਪ ਤੇਰੇ ਲਈ ਲੈ ਕੇ ਆਵਾਂਗਾ, ਕਿਉਂਕਿ ਮੁੱਛਾਂ ਵਾਲੀ ਟਿੱਡੀ ਮੈਂ ਆਪ ਆ ਕੇ ਮੱਸਣੀ ਹੈ ਮਿੱਟੀ ਦੇ ਬਾਵਿਆ। ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ। ਪਹਿਲਾਂ ਕਬੱਡੀ ਦੀ ਕਰਾ ਲਈਏ, ਕਰਾਉਣ ਲੱਗਾ। ਹੈਲੋ, ਲਓ ਜੀ ਕਬੱਡੀ ਦਾ ਮੈਚ ਸ਼ੁਰੂ ਹੋਣ ਲੱਗਾ ਹੈ। ਮੈਂ ਬੇਨਤੀ ਕਰਾਂਗਾ ਵੀ ਗਰਾਊਂਡ ਖਾਲੀ ਕਰ ਦਿਓ। ਕਬੱਡੀ ਤੋਂ ਬਾਅਦ ਨਾਲ ਦੀ ਨਾਲ ਹੀ ਸਾਡੀ ਝੰਡੀ ਦੀਆਂ ਕੁਸ਼ਤੀਆਂ ਹੋਣਗੀਆਂ, ਸਪੈਸ਼ਲ ਕੁਸ਼ਤੀਆਂ ਹੋਣਗੀਆਂ। ਸਤਨਾਮ, ਪਹਿਲਵਾਨ ਤਿਆਰ ਰਹਿਣ, ਕਿਸੇ ਦਾ ਇੰਤਜ਼ਾਰ ਨਹੀਂ ਕਰਨਾ ਅਸੀਂ। ਮੈਂ ਬੇਨਤੀ ਕਰਾਂਗਾ, ਸਤਨਾਮ, ਹੈਲੋ। ਆ ਜਿਹੜੇ ਵੀਰ ਅੱਗੇ ਨੇ ਕਿਰਪਾ ਕਰਕੇ ਸਾਈਡ ਨੂੰ ਹੋ ਜਾਣਾ, ਕਿਉਂਕਿ ਕਬੱਡੀ ਦੇ ਮੈਚ ਬਹੁਤ ਵਧੀਆ ਚੱਲ ਰਹੇ ਆ ਮੇਰੇ ਵੀਰੋ। ਚੱਲਦੇ ਹੋਏ ਮੈਚ ਦੇ ਵਿੱਚ ਕੋਈ ਵਿਘਨ ਨਾ ਪਵੇ, ਕੋਈ ਦਿੱਕਤ ਨਾ ਆਵੇ ਮੇਰੇ ਵੀਰ। ਆ ਜਿਹੜੇ ਖੇਡ ਮੈਦਾਨ ਦੇ ਵਿੱਚ ਘੁੰਮ ਰਹੇ ਇੱਧਰ, ਉਹ ਇੱਕ ਸਾਈਡ ਤੇ ਹੋ ਜਾਣ, ਬੜੀ ਮਿਹਰਬਾਨੀ, ਕਿਉਂਕਿ ਆਪਣਾ ਹੀ ਗਿੰਦਰ ਰਾਜੂ ਦਾ ਪਹਿਲਾ ਨੰਬਰ ਬਲਜੀਤ ਪਾਓ ਕਬੱਡੀ ਸ਼ੇਰਾ ਆਉਂਦੇ ਆ। ਸ਼ੇਰਾਂ ਦੇ ਝੁੰਡ ਨਹੀਂ ਹੁੰਦੇ, ਹੰਸਾਂ ਦੀਆਂ ਡਾਰਾਂ ਨਹੀਂ ਹੁੰਦੀਆਂ ਤੇ ਲਾਲਾਂ ਦੀਆਂ ਖਾਣਾਂ ਨਹੀਂ ਹੁੰਦੀਆਂ।
ਬਲਜੀਤ ਦੀ ਕਬੱਡੀ ਪਈ ਹੈ ਜਵਾਨੋ, ਇੱਕ ਬਲਜੀਤ ਸਾਧੋ ਕਹਿੰਦਾ ਕਬੱਡੀਆਂ ਪਾਉਂਦਾ ਹੈ, ਨਿਰਮਲ ਬਲਜੀਤ ਦੀ ਕਬੱਡੀ ਇਸ ਵੇਲੇ ਮੈਦਾਨ ਦੇ ਵਿੱਚ। ਇਹ ਬਾਬਾ ਹੁੰਦਾਲ ਕਲੱਬ ਦਾ ਧੱਕੜ ਧਾਵੀ ਕਬੱਡੀ ਪਾਉਂਦਾ ਇਸ ਵੇਲੇ ਮੈਦਾਨ ਦੇ ਵਿੱਚ ਕਬੱਡੀ ਖੇਡਣ ਲਈ। ਜਵਾਨੋ ਸੋਨੀ ਵਕੀਲਾਂ, ਅੱਜ ਨੂੰ ਕੱਲ੍ਹ ਮੋਟਰਸਾਈਕਲ ਦੇ ਨਾਲ ਮਾਣ ਹੋਇਆ ਹੈ, ਅੱਜ ਮਾਣ ਹੈ ਸਾਨੂੰ, ਬਲਜੀਤ ਨੰਬਰ ਲੈ ਗਿਆ ਸੋਨੀ ਕੋਲੋਂ। ਔਰ ਦੂਸਰਾ ਮੈਚ ਸੈਮੀਫਾਈਨਲ ਖੇਡਿਆ ਜਾ ਰਿਹਾ ਹੈ, ਲਾਡੀ ਸ਼ੇਰੋਂ ਪਹਿਲਵਾਨਾਂ ਦੀ ਧਰਤੀ ਹੈ। ਅੱਜ ਇੱਥੇ ਜੋਗਿੰਦਰ ਟੈਗੋਰ ਵਰਗੇ ਪਹਿਲਵਾਨ ਪੈਦਾ ਹੋਏ, ਪੂਰਨ ਸਿੰਘ ਵਰਗੇ ਪਹਿਲਵਾਨ ਪੈਦਾ ਹੋਏ ਲਾਡੀ ਸ਼ੇਰੋਂ ਦਾ, ਜ਼ਿਲ੍ਹਾ ਤਰਨ ਤਾਰਨ ਦਾ ਬੱਬਰ ਸ਼ੇਰ। ਆਹ ਸ਼ਕਤੀਮਾਨ, ਸ਼ਕਤੀਮਾਨ ਬਹੁਤ ਵਧੀਆ ਮਾਰਿਆ ਜੱਫਾ, ਆਹ ਮਾਰਿਆ ਲਾ ਕੇ ਨੌਜਵਾਨ ਨੇ। ਉਹ ਕਹਿੰਦਾ ਪਹਿਲਵਾਨਾਂ ਦੇ ਪਿੰਡੋਂ ਆਇਆ ਮੈਂ, ਪਹਿਲਵਾਨਾਂ ਦੀ ਗੱਲ ਹੋਣੀ ਹੈ। ਪਾਣੀ ਦੀ ਸੇਵਾ ਜਿਹੜਾ ਮੇਰਾ ਵੀਰ ਕਰਦਾ ਹੈ, ਆਹ ਬੱਲੇ ਉਹ ਤੇਰੇ ਨਹੀਂ ਰੀਸਾਂ ਤੇਰੀਆਂ, ਬੱਲੇ ਉਹ ਤੇਰੇ। ਰੂਪਾ ਵੈਰੋਂਕੇ ਵਾਲਾ ਰੂਪਾ ਕਬੱਡੀ ਪਾਉਂਦਾ ਹੈ, ਰੂਪ ਤੇਰਾ ਮਸਤਾਨਾ, ਆਹ ਹਾ ਹਾ ਰੂਪ ਨਹੀਂ ਰੀਸਾਂ ਤੇਰੀਆਂ। ਆਹ ਜਵਾਨਾ ਨੰਬਰ ਬਾਬਾ ਹੁੰਦਾਲ ਕਲੱਬ ਦਾ, ਆਹ ਚੱਲਿਆ ਜੇ ਬਹੁਤ ਵਧੀਆ ਘਤਾਵੀ ਕਾਕਾ, ਧਰਤੀ ਮਾਂ ਨੂੰ ਮੱਥਾ ਟੇਕਿਆ। ਔਰ ਬਹੁਤ ਵਧੀਆ ਪੰਜ ਵੜ ਦੀ ਗੱਲ ਹੋਣੀ ਹੈ, ਪੰਜ ਵੜ ਦੀ ਧਰਤੀ ਦਾ ਇਹ ਬੱਬਰ ਸ਼ੇਰ। ਆਹ ਖੱਬੇ ਡੋਲੇ 'ਤੇ ਉੜਦੇ ਬਾਜ ਸ਼ੇਰ ਖਣਵਾਏ ਨੇ ਜਵਾਨੋ, ਇੱਟਾਂ ਉਸੇ ਨੂੰ ਬਹੁਤੀਆਂ ਪੈਂਦੀਆਂ ਨੇ ਜਿਸ ਬੇਰੀ ਦੇ ਮਿੱਠੜੇ ਬੇਰ ਹੁੰਦੇ। ਉਹ ਕੌਣ ਪੁੱਛਦਾ ਕਾਵਾਂ ਅਤੇ ਗਿੱਦੜਾਂ ਨੂੰ, ਕੈਦ ਪਿੰਜਰੇ ਬਾਜ ਅਤੇ ਸ਼ੇਰ ਹੁੰਦੇ। ਆਹ ਵੇਖ ਲਓ ਅਤਕਰਾਤੀ ਆ, ਇਹਨੂੰ ਕਹਿੰਦੇ ਸ਼ਕਤੀਮਾਨ ਦਾ ਜੱਫਾ, ਸ਼ਕਤੀਮਾਨ ਦਾ ਜੱਫਾ। ਸਾਡੇ ਵਿੱਚ ਪਹੁੰਚ ਰਹੇ ਨੇ ਸ਼੍ਰੀ ਰਵੀਕਰਨ ਜੀ ਕਾਲੋਂ ਜੀ, ਪ੍ਰਧਾਨ ਮਾਝਾ ਜੋਨ ਪੱਪੂ, ਸ਼੍ਰੋਮਣੀ ਅਕਾਲੀ ਦਲ ਜੀ, ਇਹਨਾਂ ਜੀ ਦਾ ਆਉਣ ਤੇ ਰੇਸ਼ਮ ਜਾਮਾ ਰਾਵਾਂ ਦਾ, ਰੇਸ਼ਮ ਜਾਮਾ ਰਾਵਾਂ ਦਾ। ਕੋਚਰ ਸਾਹਿਬ ਇੱਕ ਮਿੰਟ ਲੈਣਾ ਜੀ, ਕੋਚਰ ਸਾਹਿਬ ਸਰ ਸਰ ਸਾਡੇ ਵਿੱਚ ਪਹੁੰਚ ਚੁੱਕੇ ਨੇ ਮਾਝਾ ਜੋਨ ਯੂਥ ਅਕਾਲੀ ਦਲ ਦੇ ਪ੍ਰਧਾਨ ਰਵੀਕਰਨ ਸਿੰਘ ਕਾਲੋ ਜੀ। ਅਸੀਂ ਸਮੁੱਚੇ ਸਰਦਾਰ ਨਾਜਰ ਸਿੰਘ ਪਹਿਲਵਾਨ ਸਪੋਰਟਸ ਕਲੱਬ ਵੱਲੋਂ ਉਹਨਾਂ ਨੂੰ ਇੱਥੇ ਆਉਣ ਦੇ ਜੀ ਆਇਆਂ ਨੂੰ ਕਹਿੰਦੇ ਹਾਂ ਅਤੇ ਕੋਟਨ ਕੋਟ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢਿਆ। ਕਾਲੋ ਸਾਹਿਬ ਉਹ ਯੂਥ ਦੀ ਉਹ ਰੀਢ ਦੀ ਉਹਨਾਂ ਰੂਹ ਫੂਕੀ ਹੈ ਅਤੇ ਉਹਨਾਂ ਦਾ ਸਾਡੇ ਲਈ ਕੋਟਨ ਕੋਟ ਧੰਨਵਾਦ ਹੈ। ਕੋਚਰ ਸਾਹਿਬ ਹੈਲੋ, ਗੁਰਲਾਲ ਦਾ ਕਹਿੰਦੇ ਸੋਲ ਪਿੰਡ ਹੈ ਤੇ ਇਹ ਮੁੰਡੇ ਨੇ ਕਹਿੰਦੇ ਕੈਨੇਡਾ ਦਾ ਵਰਲਡ ਕੱਪ ਖੇਡਿਆ, ਮਿਸ਼ੀਸਾ ਕਹਿੰਦੇ ਹਰਸੀ ਸੈਂਟਰ ਦੇ ਵਿੱਚ ਬੱਲੇ ਬੱਲੇ ਕਰਵਾਈ ਹੈ। 16 ਦਾ ਗੁਰਲਾਲ, 16 ਦਾ ਗੁਰਲਾਲ ਕਬੱਡੀ ਪਾਉਂਦਾ ਇਸ ਵੇਲੇ, 6'4" ਕੱਦ ਹੈ। ਕੌਣ ਜੱਫਾ ਲਾਉਂਦਾ? ਪੱਤੜ ਚੈਨ ਟੁੱਟ ਗਈ ਆ। ਔਰ ਨੰਬਰ ਜਿਹੜਾ ਹੋ ਗਿਆ 16 ਦੇ ਗੁਰਲਾਲ ਦਾ, ਜਿੰਨੀਆਂ ਵੀ ਰੇਡਾਂ ਪਾਉਂਦਾ ਬੜੇ ਕਮਾਲ ਦੀਆਂ 16 ਦੇ ਗੁਰਲਾਲ ਦੀਆਂ। ਆਹ ਚੱਲਿਆ ਜੇ ਜਾਮਾ ਸ਼ਕਤੀਮਾਨ ਜੱਫਾ ਲਾਵੇ ਤਾਂ 200 ਰੁਪਈਆ ਹੁੰਦਲ ਸਾਹਿਬ ਵੱਲੋਂ। ਕਬੱਡੀ ਇਸ ਵੇਲੇ ਮੈਦਾਨ ਦੇ ਵਿੱਚ ਹੈ, ਸ਼ੰਕਰ ਦੀ ਕਬੱਡੀ ਪੈ ਗਈ ਹੈ ਮੈਦਾਨ ਦੇ ਵਿੱਚ। ਆਓ ਇੱਕ ਨੰਬਰ ਤੋਂ ਭੱਜ ਕੇ ਲਗਾ ਜਵਾਨੋ, ਬੱਬਰ ਸ਼ੇਰ ਨਹੀਂ ਰੀਸਾਂ ਤੇਰੀਆਂ ਓਏ, ਬੱਬਰ ਸ਼ੇਰਾ ਲਾ ਜੱਫਾ, ਪਰ ਨਹੀਂ ਨੰਬਰ ਹੋ ਗਿਆ। ਸੁੱਖਾ ਰਾਜਾ ਵਾਲਾ ਸੁੱਖਾ ਭੱਲਿਓ ਸੁੱਖਿਆ, ਕੱਦ ਛੋਟਾ ਪੈਂਦਾ ਤਣਕੇ ਤਾਪ ਚੜਾ ਦਿੰਦਾ, ਔਰ ਜਦੋਂ ਬਣਦਾ ਕਾਲਾ ਨਾਗ ਬਣ ਕੇ, ਵੇਖੋ ਕਾਲਾ ਨਾਗ ਛੂਕਦਾ ਆਉਂਦਾ, ਆਉਂਦੇ ਆ ਜੈਲਾ ਹੁਸ਼ਿਆਰਪੁਰੀਏ ਨੂੰ ਕਾਲੇ ਨਾਗ ਦਾ ਖਿਤਾਬ। ਔਰ ਸਾਹਮਣੇ ਸੀਤੇ ਪੱਤਣ ਨੂੰ ਟੱਚ, ਫੈਸਲਾ ਇਹ ਹੁਣ ਹੋਜੂ। ਆਹ ਲੱਗਾ ਵਲਾਥੀਆ ਬੱਲੇ ਉਹ ਤੇਰੇ ਸੁੱਖਿਆ, ਉੱਚੀ ਛਾਈ ਉੱਚੇ ਚੱਕਰ ਬਾਦੇ ਮੁਖਾਲਫ ਸੇਨਾ ਘਬਰਾ ਕਾਬ, ਜੇ ਤੋ ਚਲਤੀ ਆ ਤੁਝੇ ਊਚਾ ਉਡਾਨੇ ਕੇ ਲੀ। ਪਿੰਡਰ ਆਹ ਪਿੰਡਾ ਪਿੰਡਰ ਜਗਿੰਦਰ ਭਿੱਡਾ ਖੇਡ ਗਿਆ ਕਬੱਡੀ ਗੁਰਦਾਸਪੁਰੀਆ। ਆਹ ਚੱਲਿਆ ਬਲਜੀਤ ਕਬੱਡੀ ਪਾਉਣ, ਲਿਆਓ ਕਾਕਾ ਭੈਣੀ ਤਕੜਾ ਹੋ ਜਾ ਜਵਾਨਾ ਸ਼ਿੰਦਰ, ਗੱਲਾਂ ਹੋਣੀਆਂ ਬਈ। 2015 2016 ਦਾ ਬੈਸਟ ਟੋਪਰ ਬਣਿਆ, ਬੈਸਟ ਟੋਪਰ ਬਣਿਆ, ਅੱਜ ਵਿਸ਼ੇਸ਼ ਮਾਣ ਹੋਵੇਗਾ ਕਾਕਾ ਭੈਣੀ। ਆਹ ਲੱਗਾ ਬਣੋ ਕਾਲਾ ਸੰਘਿਆਂ ਦੀ ਧਰਤੀ ਦਾ ਜਵਾਨੋ, ਜਿੱਤੇ ਮੋੜ ਦੀਆਂ ਗੱਲਾਂ ਹੁੰਦੀਆਂ ਮਹਿੰਦਰ ਮੋੜ ਦੀਆਂ ਗੱਲਾਂ। ਆਹ ਨਿਸ਼ਾਨ ਗੱਗੂ ਬੂਹੇ ਦਾ ਬਤੌਰ ਰੈਫਰੀ ਫੈਸਲੇ ਕਰਦਾ ਮੈਦਾਨ ਦੇ ਵਿੱਚ ਜਾਫੀ ਦੇ ਹੱਕ ਵਿੱਚ, ਨੰਬਰ ਹੋ ਗਿਆ ਸ਼ਿੰਦੇ ਦਾ। ਚੱਲ ਓਏ ਰਾਜੋ ਕੀ ਦਾ ਪਾ ਕਬੱਡੀ, ਭੱਲੇ ਓ ਰਾਜੋ ਕੀ ਵਾਲਿਆ, ਚੁੱਸਾ ਵੇਖੋ ਮੁੰਡੇ ਦਾ, ਐਂ ਦਰਸ਼ਨੀ ਡੋਲੇ ਥੱਬਿਆਂ ਜਿੱਡੇ ਪੱਟ, ਕਬੱਡੀ ਪਾਉਂਦਾ। ਆਹ ਪਾ ਗਿਆ ਗਿੰਦਾ ਸਾਹਮਣੇ ਪੱਤੜ, ਗੁਰਦੇਵ ਬੋਲੇ ਦਾ ਪੇਂਡੂ, ਹਰਜੀਤ ਪੱਤੜ ਦਾ, ਬਖਸ਼ੀਸ਼ ਪੱਤੜ ਦਾ ਪੇਂਡੂ, ਨੰਬਰ ਲੈ ਗਿਆ ਰਾਜੋ ਕੀ ਦਾ ਜਵਾਨੋ।
ਪਾਉ ਰੂਪ ਵੈਰੋਂ ਕੀ ਪਿੰਡ ਮਾਝੇ ਦੀ ਧਰਤੀ ਕਬੱਡੀ ਪਾਉਂਦਾ ਰੂਹ ਇਸ ਵੇਲੇ ਬੱਬਰ ਸ਼ੇਰ ਛਿੰਦਰ ਤੇ ਕਾਕਾ ਭੈਣੀ ਵਾਲਾ ਦੋ ਨੰਬਰ ਤੇ ਆ ਲੱਗਾ ਕਾਕਾ ਅੱਗੋਂ ਹਟ ਜਾਓ ਰਾਹ ਛੱਡ ਦਿਓ ਜਵਾਨੋ ਆ ਬੱਲਿਓ ਤੇਰੇ ਇਹ ਫੜਨੇ ਸੌਖੇ ਨਹੀਂ ਉੱਡਣੇ ਸੱਪ ਸੇ ਦਾ ਲੱਕ ਮਿਰਗ ਦੀ ਲੱਤ ਸ਼ੇਰ ਦਾ ਨੱਕ ਕਬੂਤਰ ਚੀਨੇ ਇਹ ਫੜਨੇ ਸੌਖੇ ਨਹੀਂ ਇਹ ਫੜਨੇ ਸੌਖੇ ਨਹੀਂ ਆ ਨੰਬਰ ਹੋ ਗਿਆ ਰੂਪ ਦਾ ਪਾਓ ਕਬੱਡੀ ਬੱਬਰ ਸ਼ੇਰਾ ਵੇਖੋ ਕਿਆ ਖੂਬਸੂਰਤ ਅੰਦਾਜ਼ ਦੇ ਨਾਲ ਕਬੱਡੀ ਪੈਣ ਲੱਗੀ ਹੈ ਸਿਰੋਂ ਬੱਲਿਓ ਲਾਡੀ ਬਿੰਦਾ ਸਰਪੰਚ ਆਇਆ ਵੀ ਪੁੱਛਣਾ ਤੋਂ ਆਂਦਾ ਗੁਰਲਾਲ ਦੀਆਂ ਤਿੰਨ ਰੇਡਾਂ ਤੇ 1000 ਰੁਪਈਆ ਪੰਜਾਬ ਵਾਲੀਬਾਲ ਦੇ ਵਿੱਚ ਜੰਦਰੇ ਲਾਤੇ ਆ ਪੁੱਚਰ ਨੇ ਚੈਂਪੀਅਨਸ਼ਿਪ ਕਰਾਤੀ ਆਪਣੇ ਪਿੰਡ ਪੁੱਚਰ ਅੱਜ ਮਾਣ ਹੈ ਸਾਨੂੰ ਬਿੰਦਾ ਪੁੱਚਰ ਗੁਰਲਾਲ ਦੀਆਂ ਤਿੰਨ ਰੇਡਾਂ ਤੇ 1000 ਰੁਪਈਆ ਜੱਫਾ ਲੱਗ ਗਿਆ ਤੇ ਜਾਫੀ ਨੂੰ ਜੇ ਤਿੰਨ ਰੇਡਾਂ ਤੇ ਜੱਫਾ ਨਹੀਂ ਲੱਗਦਾ ਫਿਰ ਗੁਰਲਾਲ ਦੀਆਂ ਤਿੰਨ ਰੇਡਾਂ ਤੋਂ ਬਾਅਦ 500 ਰੁਪਈਆ ਤੇ ਇਸ ਵੇਲੇ ਸ਼ੰਕਰ ਕਬੱਡੀ ਪਾਉਂਦਾ ਸੰਧਵਾਂ ਪਿੰਡ ਸ਼ੰਕਰ ਦਾ ਬੱਲੇ ਤੇਰੇ ਗੁਰਦਾਸਪੁਰੀਆ ਜ਼ਿਲ੍ਹਾ ਗੁਰਦਾਸਪੁਰ ਦਾ ਸ਼ੰਕਰ ਇਸ ਵੇਲੇ ਕਬੱਡੀ ਲੱਗਾ ਬਹੁਤ ਵਧੀਆ ਭੱਜ ਕੇ ਲੱਗਾ ਜਵਾਨੋ ਅਰਸ਼ ਬੱਲੇ ਇੱਕ ਅਰਸ਼ ਚੋਲੇ ਵਾਲਾ ਗੱਲਾਂ ਹੁੰਦੀਆਂ ਅਰਸ਼ ਚੋਲੇ ਦੀਆਂ ਗਿਆ ਕਨੇਡਾ ਲੀਗ ਖੇਡਣ ਵਾਸਤੇ ਚੱਲੋ ਪੰਜ ਵੜੀਆ ਕਾਕਾ ਪੰਜ ਵੜੀਆ ਸਾਹਮਣੇ ਕਬੱਡੀ ਸ਼ਕਤੀਮਾਨ ਤਕੜਾ ਹੋ ਜਾ ਜੱਗੇ ਤਕੜਾ ਹੋ ਜਾ ਜਵਾਨਾ ਜੱਗਾ ਲੱਲੀਆਂ ਦਾ ਸੰਦੀਪ ਲੱਲੀਆਂ ਦਾ ਔਰ ਸਾਹਮਣੇ ਇਹ ਹੈ ਲੱਲੀਆਂ ਦਾ ਜੱਗਾ ਹੈਲੋ ਲਓ ਸਿਰੇ ਦਾ ਮੈਚ ਕਾਕਾ ਕਬੱਡੀ ਦੇ ਖੇਡ ਮੈਦਾਨ ਦੇ ਵਿੱਚ ਪੰਜ ਵੜੀਆ ਪਾ ਕਬੱਡੀ ਲੱਖਾਂ ਜਿਹਾ ਪੁਆਇੰਟ ਜੋੜ ਗਿਆ ਆਪਣੀ ਟੀਮ ਦੇ ਲਈ ਇੱਧਰਲੇ ਪਾਸੇ ਕਬੱਡੀ ਦੇ ਖੇਡ ਮੈਦਾਨ ਦੇ ਵਿੱਚ ਕਹਿੰਦੇ ਆ ਨੌਜਵਾਨ ਮੋਟਾ ਚੌੜੇ ਮਦਰਿਆਂ ਦੀ ਧਰਤੀ ਦਾ ਜਿਹੜਾ ਗੁਰਦਾਸਪੁਰੀਆ ਗੱਭਰੂ ਕਬੱਡੀ ਪਾਉਂਦਾ ਹੈ ਕਹਿੰਦੇ 1100 ਦੇ 86 ਪਿੰਡ ਨੇ ਜਿਹੜਾ ਗੁਰਦਾਸਪੁਰ ਦੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਬਾਅਦ ਦੂਜੇ ਨੰਬਰ ਤੇ ਆਉਂਦਾ ਜ਼ਿਲ੍ਹਾ ਗੁਰਦਾਸਪੁਰ ਲਓ ਮੋਟੇ ਦੀ ਕਬੱਡੀ ਹੈ ਦੂਜੇ ਪਾਸੇ ਸ਼ਬੀਰ ਕਹਿੰਦੇ ਪੂਲਿਆਂ ਵਾਲਾ ਤਾੜੀ ਮਾਰ ਦਿਓ ਮੇਰੇ ਵੀਰੋ ਇਸ ਸਮੇਂ ਲੱਗਦਾ ਹੋਇਆ ਜੱਫਾ ਕਿ ਮਿਹਣੋ ਮਿਹਣੀ ਹੋਈ ਜਵਾਨੀ ਕੱਟਾ ਵਿੱਚ ਅਸਮਾਨ ਤੇ ਚੜ੍ਹਦਾ ਰੇਡਰ ਆਖੇ ਹਟ ਜਾ ਪਿੱਛੇ ਜਾਂ ਫਿਰ ਇੱਕ ਦੇ ਜ਼ੋਰ ਨਾ ਖੜਦਾ ਕਿ ਰੇਡਰ ਆਖੇ ਹਟ ਜਾ ਪਿੱਛੇ ਜਾਂ ਫਿਰ ਇੱਕ ਦੇ ਜ਼ੋਰ ਨਾ ਖੜਦਾ ਆ ਕਹਿੰਦੇ ਵੀ 16 ਵਾਲਾ ਗੁਰਲਾਲ ਹੈ ਜਿਹੜਾ ਤਰਨ ਤਾਰਨ ਹੈ ਨੌਜਵਾਨ ਦਾ ਪਿਛਲੇ ਸਾਲ ਕਨੇਡਾ ਖੇਡਿਆ ਹੈ ਲਓ ਕਹਿੰਦੇ ਬਹਿਜਾ ਕਰਵਾਈ ਹੈ ਕਬੱਡੀ ਦੇ ਖੇਡ ਮੈਦਾਨ ਦੇ ਵਿੱਚ ਚਾਰ ਜਾਂ ਫਿਰ ਹਲਕਾ ਪਿੱਛੇ ਨੂੰ ਫੜੇ ਹੈ ਲਓ ਕਹਿੰਦੇ ਪੁਆਇੰਟ ਇਸ ਸਮੇਂ ਢਾਵੀ ਦੇ ਖਾਤੇ ਦੇ ਵਿੱਚ ਰੇਡਰ ਦੇ ਖਾਤੇ ਬਲਵਿੰਦਰ ਸਿੰਘ ਆ ਬਿੰਦਾ ਪੁੱਛਣਾ ਦਾ ਸਰਪੰਚ ਉਹਨੇ 1000 ਰੁਪਈਆ ਲਾਇਆ ਇਹਦੇ 'ਤੇ ਹਰ ਕਬੱਡੀ ਜਦੋਂ ਪਾਵੇ ਗੱਲ ਜ਼ਰੂਰ ਕਰਿਓ ਕਿਉਂਕਿ 1000 ਰੁਪਏ ਦਾ ਜੱਫਾ ਹੈ ਓਵਰ ਟੂ ਤੇੜਾ ਬਿੰਦਰ ਭੁੱਚਰ ਜੀ ਕਹਿੰਦੇ ਸਰਪੰਚ ਸਾਹਿਬ ਆ ਗੱਭਰੂ ਨੇ ਕਹਿੰਦੇ ਵੀ 3 ਲੱਖ ਦੀ ਕਬੱਡੀ ਪਾਈ ਹੈ ਨਡਾਲੇ ਦੇ ਕਬੱਡੀ ਕੱਪ ਦੇ ਤੇ ਕਹਿੰਦੇ ਪੰਡਾਲ ਦੋਨੇ ਵਾਲੇ ਸੁੱਖੇ ਨੇ ਜਫਾ ਲਾਇਆ ਇਹ ਆ ਵੈਰੋਕੇ ਵਾਲਾ ਰੂਪਾ ਕਬੱਡੀ ਦੇ ਖੇਡ ਮੈਦਾਨ ਦੇ ਵਿੱਚ ਰਿੰਕੂ ਸਰਪੰਚ ਵਰਗੇ ਪੁੱਜੇ ਹੈ ਲੋ ਕਬੱਡੀ ਸੁੱਖਾ ਪਾਉਣ ਲਈ ਅੱਗੇ ਨੂੰ ਵਾਧਾ ਹੋਇਆ ਕਿ ਸ਼ੌਂਕਾਂ ਬਾਜ਼ ਨਹੀਂ ਕੋਈ ਖਿਡਾਰੀ ਬਣਦਾ ਮਿਹਨਤਾਂ ਬਾਜ਼ ਨਹੀਂ ਸ਼ੌਂਕ ਪਗਾਏ ਜਾਂਦੇ ਦਿਲਾਂ ਬਾਜੇ ਨਹੀਂ ਜਾਂਦੀ ਖੇਡ ਕੌਡੀ ਯੋਰ ਤੇ ਤਕਨੀਕ ਬਿਜਾਣੀ ਜੱਫੇ ਲਾਏ ਜਾਂਦੇ ਲੋ ਸੁੱਖੇ ਦੀ ਕਬੱਡੀ ਹੈ ਕਬੱਡੀ ਦੇ ਖੇਡ ਮੈਦਾਨ ਦੇ ਵਿੱਚ ਚਾਰ ਜਾਫੀ ਮਹਾਨ ਨੇ ਉੜਦੀ ਮਾਂ ਮਿੱਟੀ ਦੀ ਧੂੜ ਲਓ ਖੇਡਦੇ ਮੈਦਾਨ ਦੇ ਵਿੱਚ ਆ ਕਹਿੰਦੇ ਸ਼ਕਤੀ ਮਾਣ ਖੁੱਚ ਪੱਟਣੀ ਦੇ ਬੜੀ ਔਖੀ ਲਾਉਣੀ ਹੈ ਕਬੱਡੀ ਵਿੱਚ ਢਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਨੇ ਖਾ ਕੇ ਖੁਰਾਕ ਮਿੱਤਰੋ ਅਗਲੀ ਕਬੱਡੀ ਸ਼ੰਕਰ ਸੰਧਵਾ ਪਿੰਡ ਵਾਲਾ ਪਾਉਂਦਾ ਹੈ ਜਿਹੜਾ ਗੁਰਦਾਸਪੁਰੀਆ ਤੇ ਗੱਲ ਕਹਿੰਦੇ ਮੇਰਾ ਵੀਰ ਅਮਰੀਕ ਕਰੇਗਾ ਇਹ ਮੁੰਡਾ ਵੀ ਕਹਿੰਦੇ ਮੋਟਰਸਾਈਕਲਾਂ ਦਾ ਜੇਤੂ ਜੀ ਨੇ ਵੱਧ ਕੇ ਕਬੱਡੀ ਪਾਈ ਹੈ ਆਹ ਪੱਟੀ ਦੇ ਬਖਸ਼ੀਸ਼ ਸਿੰਘ ਦਾ ਬੇਟਾ ਬਲਜੀਤ ਪੱਟੀ ਵਾਲਾ ਹੈ ਮਲੇਸ਼ੀਆ ਦੇ ਕਹਿੰਦੇ ਨੌਜਵਾਨ ਈਪੋ ਸ਼ਹਿਰ ਦੇ ਵਿੱਚ ਤਕੜੇ ਜੱਫੇ ਲਾ ਕੇ ਵਤਨ ਪਰਤਿਆ ਹੈ ਇਹ ਹੈ ਨੌਜਵਾਨ ਬਲਜੀਤ ਪੱਟੀ ਵਾਲਾ ਅਗਲੀ ਕਬੱਡੀ ਕਹਿੰਦੇ ਬਾਰਡਰ ਦਾ ਏਰੀਆ ਮਹਿਦੀਪੁਰ ਖੇਮ ਕਰਨ ਤੇ ਫਿਰ ਕਹਿੰਦੇ ਗੱਲ ਚੱਲਦੀ ਭੂਰੇ ਪਿੰਡ ਦੀ ਤੇ ਨਾਲ ਵਲਟੋਆ ਵਲਟੋਏ ਤੋਂ ਸੜਕ ਜਾਂਦੀ ਅਮਰਕੋਟ ਨੂੰ ਅਮਰਕੋਟ ਤੋਂ ਮਹਿਮੂਦਪੁਰਾ ਮਹਿਮੂਦਪੁਰੇ ਤੋਂ ਲਾਖੜਾ ਤੇ ਲਾਖੜਾ ਦੇ ਨਾਲ ਬਾਰਡਰ ਤੇ
ਦੇ ਪਿੰਡ ਆ ਰਾਜੋਕੇ, ਆ ਰਾਜੋਕੇ ਪਿੰਡ ਦਾ ਗਿੰਦਾ ਕਬੱਡੀ ਪਾ ਰਿਹਾ। ਲਓ ਗਿੰਦੇ ਦੀ ਪਾਈ ਹੋਈ ਕਬੱਡੀ ਤੇ ਚਾਰ ਜਾਫੀ ਖੜੇ ਆ। ਦੁਆਬੇ ਦੀ ਧਰਤੀ ਹੈ, ਇੱਕ ਪਾਸੇ ਕਹਿੰਦੇ ਨੌਜਵਾਨ ਤੀਰਤ ਹੇਰਾ ਵਾਲਾ, ਆ ਗੱਭਰੂ ਦਾ ਕਹਿੰਦੇ ਸਿਰੇ ਜਸਵੀਰ ਵਾਲਾ ਪਿੰਡ ਹੈ। ਲਓ ਤੀਰਤ ਹੇਰਾ ਵਾਲਾ ਟਰਾਈ ਕਰਦਾ, ਹੁੰਦਲ ਸਾਹਿਬ ਲੱਗ ਜਾਵੇ ਕੈਂਚੀ ਤਾਂ ਤਿਹਾੜ ਜੇਲ੍ਹ ਹੁੰਦੀ ਹੈ। ਬਗਾਨੇ ਪੁੱਤ ਇੱਦਾਂ ਵੇਲ ਦਿੰਦੇ ਚੱਕਲੇ ਦੇ ਉੱਤੇ ਜਿਵੇਂ ਰੋਟੀ ਵੇਲ ਹੁੰਦੀ ਹੈ, ਬਗਾਨੇ ਪੁੱਤ ਇੱਦਾਂ ਵੇਲ ਦਿੰਦੇ। ਡਾਕਟਰ ਕਹਿੰਦੇ ਲੱਕ ਦੇ ਵਿੱਚ ਇੱਕ ਕੁੱਲਾ ਹੁੰਦਾ, ਇੱਕ ਹੱਡੀ ਪੱਟ ਦੇ ਵਿੱਚ, ਇੱਕ ਚੱਪੜੀ, ਦੋ ਚੱਪੜੀ ਤੋਂ ਥੱਲੇ, ਸੱਤ ਹੱਡੀਆਂ ਗਿੱਟੇ ਚ, ਪੰਜ ਪੈਰ ਦੇ ਵਿਚਾਲੇ, 12 ਹੱਡੀਆਂ ਉਂਗਲਾਂ ਚ, ਦੋ ਹੱਡੀਆਂ ਬੂਠੇ ਚ, ਕੁੱਲ ਮਿਲਾ ਕੇ ਇੱਕ ਲੱਤ ਚ 31 ਹੱਡੀਆਂ ਹੁੰਦੀਆਂ, 31 ਤੇ 31 62 ਹੱਡੀਆਂ ਨਾਲ ਵਲ ਪੈਂਦਾ। ਲੋਕੀ ਕਹਿੰਦੇ ਕੈਂਚੀ ਲੱਗ ਗਈ। ਲੋਕ ਕੈਂਚੀ ਕਹਿੰਦੇ ਜਾਲਮ ਦਾ ਕਬੱਡੀ ਦਾ। ਆ ਮੁੰਡੇ ਨੇ ਕਹਿੰਦੇ 3 ਲੱਖ ਦੀ ਕਬੱਡੀ ਪਾਈ ਹੈ। ਵੈਰੋਗੇ ਪਿੰਡ ਦੇ ਰੂਪਾ ਨਾਮ ਹੈ, ਲੋ ਭੀਖੀ ਪਿੰਡ ਦੇ ਏਰੀਏ ਦਾ ਜਾਫੀ। ਕਾਲਾ ਭੈਣੀ ਵਾਲਾ ਕਰਦਾ ਟਰਾਈ ਪੂਰੀ, ਪੱਲੇ 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 ਪੱਲੇ, ਸਵਾਦ ਵੱਖਰਾ ਹੈ। ਨੌਜਵਾਨ ਲਾ ਲਾ ਮਾਰਦਾ ਹੈ, ਜਿਵੇਂ ਅੱਕਿਆ ਜਵਾਕ ਸਕੂਲੋਂ ਆ ਕੇ ਬੂਟ ਜਰਾਬਾ ਲਾ ਲਾ ਮਾਰਦਾ ਹੁੰਦਾ ਹੈ, ਨੌਜਵਾਨ ਕਹਿੰਦੇ ਲਾ ਲਾ ਮਾਰਦਾ। ਆ ਕਹਿੰਦੇ ਮਹਿਦੀਪੁਰ ਪਿੰਡ ਹੈ ਨੌਜਵਾਨ ਦਾ, ਜਿਵੇਂ ਸ਼ਿੰਦੇ ਭਲਵਾਨ ਦਾ ਵੱਡਾ ਨਾਮ ਹੈ ਹਰ ਇੱਕ ਖੇਤਰ ਦੇ ਵਿੱਚ। ਪੋਤੀ ਵੀ ਕਹਿੰਦੇ ਬੱਲੇ ਬੱਲੇ ਹੈ, ਇਹ ਮਹਿਦੀਪੁਰੀਆ ਲਾਡੀ ਕਬੱਡੀ ਪਾ ਰਿਹਾ ਹੈ। ਇਹਦਾ ਪਿੰਡ ਜਿਵੇਂ ਸੱਜਣ ਗੱਲ ਕਰਦਾ, ਬਾਰਡਰ ਦੇ ਪਿੰਡ ਹੈ, ਵਰਿਆਮ ਜੀ ਸਾਡੇ ਬਹੁਤ ਪਿਆਰ ਤੇ ਸਤਿਕਾਰ ਦੇ ਯੋਗ ਸ਼ਖਸੀਅਤ ਹੈ। 500 ਰੁਪਈਆ ਤਿੰਨਾਂ ਕਬੱਡੀਆਂ ਤੇ ਹੋਵੇਗਾ, 500 ਰੁਪਏ ਦੇ ਵੱਡੇ ਵੱਡੇ ਮਾਣ ਹੋਣਗੇ ਤਿੰਨਾਂ ਕਬੱਡੀਆਂ ਤੇ। ਸਾਡੇ ਹੁੰਦਲ ਸਾਹਿਬ ਬਹੁਤ ਵੱਡਾ ਪਿਆਰ, ਪਹਿਲਾਂ ਵੀ ਨੋਟਾਂ ਦੇ ਗੱਫੇ ਦੇ ਕੇ ਗਏ ਹੈ, ਹਮੇਸ਼ਾ ਰਿਣੀ ਰਹਾਂਗੇ। ਬਹੁਤ ਵੱਡਾ ਪਿਆਰ ਭੇਜਿਆ ਪੰਜਾਬੀ ਬੋਲੋ ਤੋਂ ਖੁਸ਼ ਹੋ ਕੇ ਸਾਡੇ ਹੁੰਦਲ ਸਾਹਿਬ। ਮੈਚ ਕਹਿੰਦੇ ਪੂਰਾ ਸਿਰੇ ਦਾ ਖੇਡਿਆ ਜਾ ਰਿਹਾ ਹੈ। ਸ਼ੰਕਰ ਦੀ ਕਬੱਡੀ ਪੈ ਗਈ ਹੈ ਮੈਦਾਨ ਦੇ ਵਿੱਚ। ਸ਼ੰਕਰ ਸਿੱਧਵਾਂ ਜ਼ਿਲ੍ਹਾ ਗੁਰਦਾਸਪੁਰ ਦਾ ਇਹ ਬਹੁਤ ਹੋਣਹਾਰ ਧਾਵੀ ਪਾਉਂਦਾ ਕਬੱਡੀ ਨੰਬਰ ਲੈ ਕੇ ਘਰ ਨੂੰ। ਬਹੁਤ ਵਧੀਆ ਸ਼ੰਕਰ। ਵਰਿਆਮ ਸਿੰਘ ਜੀ ਉਹਨਾਂ ਵੱਲੋਂ ਕਹਿੰਦੇ ਮਾਣ ਸਨਮਾਨ ਲੱਗੇ ਆ, ਰੂਪੇ ਦੀਆਂ ਕਬੱਡੀਆਂ ਤੇ ਵੱਖਰੀ ਗੱਲ ਹੋਣੀ ਹੈ। ਆ ਮੁੰਡੇ ਦਾ ਕਹਿੰਦੇ ਬਾਬਾ ਬੁੱਢਾ ਸਾਹਿਬ ਦੇ ਲਾਗੇ 5 ਵੜ ਪਿੰਡ ਹੈ, ਕਾਕਾ 5 ਵੜੀਆ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ। ਚਾਰ ਜਾਫੀ ਸੀਟ ਦਾ ਕਹਿੰਦੇ ਪੱਤੜ ਪਿੰਡ ਹੈ, 2 ਨੰਬਰ ਤੇ ਲਾਲ ਡੀਕਰ ਦੇ ਵਿੱਚ ਵਲੈਪੀਆ ਸੰਗੋਜਲੇ ਪਿੰਡ ਦਾ, ਤੇ ਨਾਲ ਕਹਿੰਦੇ ਢੰਡੋਵਾਲ ਦਾ ਏਰੀਆ ਹੈ, ਮਾਣਕ ਧਾਲੀਵਾਲ ਬੇਟ ਦਾ, ਤੇ ਤੀਰਥ ਦਾ ਕਹਿੰਦੇ ਹੇਰ ਪਿੰਡ ਹੈ। ਲਓ ਸਾਹਮਣੇ ਡਬਲ ਟੱਚ, ਟੱਬਰ ਟੱਚ, ਸਾਰਾ ਟੱਬਰ ਹੀ ਪੈ ਗਿਆ, ਜਿਵੇਂ 57 ਬਣਾਉਣੀ ਹੁੰਦੀ ਹੈ। ਲੋ ਪੁਆਇੰਟ ਕਹਿੰਦੇ ਇਸ ਵੇਲੇ ਰੇਡਰ ਦੇ ਹਿੱਸੇ ਜੁੜਦਾ ਹੋਇਆ। 500 ਦੇ ਮਾਨ ਸਨਮਾਨ ਹੋਣਗੇ ਸਾਡੇ ਬਰਿਆਮ ਸਿੰਘ ਜੀ ਉਹਨਾਂ ਵੱਲੋਂ ਕਬੱਡੀ ਸ਼ੰਕਰ ਦੀ, ਤੇ ਮਾਈਕ ਤੇ ਕੁਲਦੀਪ ਤੇੜਾ ਜੀ ਗੱਲ ਕਰਨਗੇ। ਹੈਲੋ, ਆ ਗੱਭਰੂ ਨੇ ਕਹਿੰਦੇ ਵੀ 2 ਮੋਟਰਸਾਈਕਲ, 1 ਏਸੀ ਜਿੱਤਿਆ ਹੈ। ਲੋ ਕਬੱਡੀ ਦੇ ਖੇਡ ਮੈਦਾਨ ਦੇ ਵਿੱਚ ਇਹ ਆ ਸ਼ੰਕਰ ਸੰਧਵਾ ਦੀ ਧਰਤੀ ਦਾ ਕਬੱਡੀ ਪਾ ਰਿਹਾ ਹੈ ਕਿ ਮਿਹਨਤ ਦਾ ਮੁੱਲ ਮਿਲਦਾ ਪੂਰਾ। ਇਸ ਵੀਰ ਦੀ ਕਾਲੀ ਦੇ ਉੱਪਰ ਡਿਊਟੀ ਹੈ, ਕਿਰਪਾ ਕਰਕੇ ਕਾਲੀ ਪਾ ਦੇਵੇ ਖੇਡ ਮੈਦਾਨ ਦੇ ਚੁਫੇਰੇ। ਜਿਸ ਵੀਰ ਦੀ ਕਾਲੀ ਦੇ ਉੱਪਰ ਡਿਊਟੀ ਹੈ, ਕਿਰਪਾ ਕਰਕੇ ਕਾਲੀ ਪਾ ਦੇਵੇ, ਕਿਉਂਕਿ ਤਗੜਾ ਮੈਚ ਹੈ। 1-1 ਪੁਆਇੰਟਾਂ ਦੇ ਨਾਲ ਜਿੱਤਾਂ ਹਾਰਾਂ ਦੀ ਗੱਲ ਹੈ ਜਿਹੜੀ ਕਬੱਡੀ ਦੇ ਖੇਡ ਮੈਦਾਨ ਦੇ ਵਿੱਚ ਹੋਵੇਗੀ। ਲਓ ਕਹਿੰਦੇ ਵੀ ਅਮਰੀਕ ਸਿੰਘ ਮੈਦਾਨ ਦੇ ਵਿੱਚ। ਇਸ ਤੋਂ ਬਾਅਦ ਹੈਲੋ ਇੰਦਰਪਾਲ ਜੀ, ਕੁਸ਼ਤੀਆਂ ਦਾ ਵੇਰਵਾ ਦੇ ਦਿਓ। ਇਸ ਤੋਂ ਕੋਚੜ ਸਾਹਿਬ ਇੱਕ ਮਿੰਟ। ਹਰਿਆਣਾ ਤੇ ਪੰਜਾਬ ਦੀਆਂ ਲੜਕੀਆਂ ਦਾ ਮੈਚ ਹੋਵੇਗਾ, ਦੋਵੇਂ ਟੀਮਾਂ ਜਲਦੀ ਤੋਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਪੁੱਜਣ, ਦੋਵੇਂ ਟੀਮਾਂ ਜਲਦੀ ਤੋਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਪੁੱਜਣ। ਲੈ ਵੀ ਅਮਰੀਕ ਸਿਆ ਕਹਿੰਦੇ 5 ਦਰਿਆਵਾਂ ਦੀ ਧਰਤੀ ਹੈ। ਇਸ ਤੋਂ ਬਾਅਦ ਦੇ ਵਿੱਚ ਕਹਿੰਦੇ ਕੁਸ਼ਤੀਆਂ ਹੋਣੀਆਂ ਨੇ, ਕੁਸ਼ਤੀਆਂ ਹੋਣੀਆਂ ਨੇ, ਬਾਅਦ ਦੇ ਵਿੱਚ ਲੜਕੀਆਂ ਦਾ ਮੈਚ ਹੈ। ਹਾਂਜੀ, ਬਾਜ ਅਵਾਨ ਤੇ ਮਨ ਕਰਨ ਪਿੱਦੀ ਦਾ ਇਹ ਨਹੀਂ, ਖਾੜੇ 'ਚ ਨਾ ਬੁਲਾਈਏ, ਹਾਫ ਟਾਈਮ ਹੋ ਗਿਆ, ਲੱਗ ਗਿਆ, ਆ ਜਾਓ ਜੀ ਖਾੜੇ 'ਚ। ਪਿੱਦੀ ਅਤੇ ਪ੍ਰਵੀਨ ਖੁਆਲੀ ਦਾ, ਔਰ ਇਸ ਤੋਂ ਬਾਅਦ ਜਿਹੜੀ ਕੁਸ਼ਤੀ ਹੋਣੀ ਹੈ ਬੱਬੂ ਬੱਬੇ ਹਾਲੀ ਦਾ ਅਤੇ ਬਸੰਤ ਗੋਲਬਾਗ ਦਾ, ਇਹ ਬਿਲਕੁਲ ਤਿਆਰ ਹੋ ਜਾਣ। ਉਸ ਤੋਂ ਬਾਅਦ ਬਿੰਦਰ ਪਿੱਦੀ, ਮੀਤ ਕੁਹਾਲੀ, ਇੰਦਰਜੀਤ ਸੈਂਸਰਾ ਅਤੇ ਗੰਨਾ ਕੁਹਾਲੀ। ਹੈਲੋ ਰਾਜਨ ਗੰਡਾ ਸਿੰਘ ਵਾਲਾ ਅਤੇ ਸੁੱਖਾ ਪੱਖੋਂ ਕੇ, ਗੁਰਲਾਲ ਪੱਖੋਂ ਕੇ ਅਤੇ ਸ਼ੇਰਾ ਗੁਲਬਾਗ, ਇਹ ਸਾਰੇ ਪਹਿਲਵਾਨ ਤਿਆਰ ਹੋ ਜਾਣ।
लो वरियाम सिंह जी साढ़े हुंदल साहब कहते भी 500 रुपया रूपे दिया तिना कबड्डिया का वरियाम सिंह जी पै गई है पहली कबड्डी नोट कर लियो नाल मनप्रीत सिंह जी डडिया लो कबड्डी के खेड मैदान आवा 16 वाला गुरलाल कहते बाबा बुढ़ा साहब चवाल दे एरिया का कबड्डी खिलाड़ी लो सामने खेड मैदान इस समय पा कबड्डी के लखा जा पॉइंट अपनी टीम लिए जोड़ता होया कि खड़ खड़ वेंदे लोकी साण जट नू क्यों दे यारो लोकने तूफान जट नू क्यों दे यारो लोकने तूफान जट नू लो शंकर खेड़ दे मैदान दे विच अगे नू वधदा होया है यह संधवा पिंड हीरा गुरदासपुर है नौजवान का लो कहिंदे भी रिंकू पटवारी का तैयार किया होया कबड्डी खिडारी लो कहिंदे बाऊ औलख का तैयार किया होया कबड्डी खिडारी लो दूजे पासे आ शबीर पुलिया वाला ताड़ी मार दियो दर्शक वीरियो जे मैच वधिया लग रहा जे मैच का स्वाद आ रहा खुल के ताड़ी मार दो मेरे वीरियो लो मेरे वीरियो मैच बड़ा तगड़ा दर्शक वीरियो खुल के ताड़ी मारो जे मैच चंगा लगदा सुखे दी कबड्डी खेड दे मैदान दे विच कबड्डी नाले मन पड़ाउणा कहंदे राजा वाला पिंड है ते जिला मोगा सुखा राजा वाले पिंड दा इस वेले कबड्डी पाउण दे लई बधिया होया धर्म सिंह वाले दे लागे गबरू दा कहंदे फतेह फतेहगढ़ पंज तूर दे लागे राजा वाला पिंड है ते सुखा कबड्डी पा रहा है इहड़े मुंडे ने कहंदे गरीबी रज के देखी है 1500 रुपया महीना कहंदे ड्राइवरी भी कीती है बस ते पर हुण जट दी बल्ले बल्ले है इस मुंडे वास्ते शरीर देखो गबरू दा 6 फुट शरीर है मेरे वीरो लो रूपा वैरोवाल पिंड दा चार जाफी बिल्कुल तैयार बार तैयार ने पिपली पिंगा गलियां विच हासे ते महकण मेरे चारे पासे कदे ना अमन अखी अथरू वजन ढोल नगारे सतनाम सिद्धमा रब अगे करा दुआवा मेरे पंजाब नू ਤਤੀ ਵਾਹ ਨਾ ਮਾਰੇ ਮੇਰੇ ਰੂਪੇ ਦੀਆਂ ਦੋ ਕਬੱਡੀਆਂ ਹੋ ਗਈਆਂ ਤੇ ਜਦੋਂ ਤਿੰਨ ਕਬੱਡੀਆਂ ਹੋ ਗਈਆਂ ਤੇ ਪਤਾ ਲੱਗ ਜਾਣਾ ਹੁੰਦਲ ਸਾਹਿਬ ਗਰਾਊਂਡ ਦੇ ਵਿੱਚ ਖੜੇ ਆ 100-100 ਦੇ 5 ਨੋਟ 500 ਦਾ 1 ਨੋਟ 10-10 ਦੇ 50 ਨੋਟ 50-50 ਦਾ ਪੂਰਾ 100 ਨੋਟ ਦਿੱਤਾ ਜਾਣਾ ਲੋ ਐਲਾਨ ਹੋਇਆ ਬੱਟਾ ਹੋਣ ਵਾਸਤੇ ਮੈਦਾਨ ਵਿੱਚ ਮੇਰੇ ਵਧਿਆ ਹੋਇਆ ਚਾਰ ਜਾਫੀ ਇਧਰੇ ਪਾਸੇ ਤਿਆਰ ਬਾਰ ਤਿਆਰ ਨੇ ਪੀਲੇ ਕੱਛੇ ਦੇ ਵਿੱਚ ਨੌਜਵਾਨ ਗੱਭਰੂ ਲੋ ਦੇਖਦੇ ਵੀ ਕਬੱਡੀ ਪਾਉਂਦਾ ਹੋਇਆ ਚਾਰ ਜਾਫੀ ਵੀ ਤਿਆਰ ਬਾਰ ਤਿਆਰ ਨੇ ਲੋ ਪੱਪੂ ਸੰਘਾਲ ਦਾ ਬੇਟਾ ਹੈ छोटी उम्र च वड्डियां बला मारियां लो लगभग 18 साल दी उम्र है लो पप्पू सुगाल दा बेटा हेलो इधर दे पासे एक मिनट भाजी हरजीत सिंह जी बल रिटायर्ड इंस्पेक्टर आस्ट्रेलिया तो वड्डे मान इन्हां पंजाबी बोलां दे लई भेजदे ने सरदार हरजीत सिंह जी बल साहब वड्डे मान भेजदे ने चल भी नौजवाना पा फिर अगली कबड्डी ये जिगरे है नहीं तो कि करने जिस्म हड्डे दे कट्टे ओ कामयाब नहीं हुंदे जेड़े लाउंदे रट्टे कागज भी आप नहीं फड़दे लिख लिख के इन्हां नूं फाड़ना पैंदा है जे जिंदगी विच कुछ बनना ते मन नूं मारना पैंदा है लो सामने खेड दे मैदान दे विच आ कहंदे भी नौजवान शंकर खेड दे मैदान दे विच लो दूजे पासे मेरे वीरियो नहीं रीसा राज छड़ दियो बल्ले कबड्डी शावा कबड्डी ताड़ी मार दियो मेरे वीरियो ताड़ी मार दियो पॉइंट है जिहड़ा कोशिश कीती है मेरे वीरियो गबरू ने गुरलाल दा कहिंदे सोल पिंड है गुरलाल 16 वाला कबड्डी पाउण दे लई वाधा होया खेड दे मैदान दे विच लो उच्चा लंबा कद गबरू कहिंदे कनेडा भी खेडिया है चार जाफी धरती दुआबे दी है मदन गोपाल जी बोपा रामा वाले अपनी टीम नूं लैके पुज्जे है आपां नाल ही शक्तिमान नाल ही मेरी ओ इधरे पासे वलैतिया ते नाल ही माणिक लो हुण देखांगे किहड़ा नौजवान गबरू जफा लावेगा चार जाफी ते शेर नू सवा शेर बन के लो तमी हेरे वाला ओदा पेंडू मेरे तीर्थ उधर साडे जफा नहीं ला सकया पैड़ जिहड़े रिंकू ढिल्लो जी कहंदे कबड्डी नू दिलों प्यार करन वाली शख्सियत है बहुत वड्डे प्यार उहनां वल्लों रिंकू ढिल्लो जी भी पुज्जे है बहुत वड्डा प्यार दे नाल काके होणी साडे वीर है रिंकू ढिल्लो जी पुज्जे होया आ होंदल साहब तीजी कबड्डी दे रुपया 500 दे पा जाणा हुण 500 दे नां नू ते बिल्ली कड़ी सेका नू लै भी पूलिया वालिया 100 200 300 400 हाय मेरी जान खिलरगी पाण वाह क्या 500 रुपया ही कजोर दे नाल कबड्डियां पैंदियां ने मेरे वीरो 500 रुपया नु दित्ता जावेगा जिना यारियां ते उहनां दीआं तौणा इधर साढ़े होंदल साहब चलती फिरती सिद्ध बैंक है बड़े मान सम्मान आ मुंडा कहिंदे मोगे दे लागे चल के आया ये मुंडा कहिंदे मोगे दे लागे चल के आया जिला मोगा नौजवान का 10-11 लाख दे करीब आबादी है जिले मोगे की 344 पिंड जिले मोगे दे 68 हस्पताल 295 शराब के ठेके है जिले मोगे दे ये मुंडा मोगे वाला पॉइंट जोड़ता अपनी टीम के लिए जिनी भी संगत है आप सारे का धन्यवाद करेंगे जल भी गबरू आप ਕਬੱਡੀ ਸੁੱਖਾ ਸਰਫ ਕੋਟ ਜੀ ਇਸ਼ਾਰਾ ਕਰਨਗੇ
ਲਓ ਇਧਰੇ ਪਾਸੇ ਸ਼ੰਕਰ ਦੀ ਅਗਲੀ ਕਬੱਡੀ ਮੇਰੇ ਵੀਰੋ ਇੱਕ ਸ਼ੰਕਰ ਪਰਮਾਤਮਾ ਮੇਰੇ ਵੀ ਓਮ ਨਮੋ ਸ਼ਿਵਾਏ ਲਓ ਇਧਰੇ ਪਾਸੇ ਆਹ ਸ਼ੰਕਰ ਕਬੱਡੀ ਦਾ ਮੇਰੇ ਵੀ ਮੈਦਾਨ ਦੇ ਵਿੱਚ ਸੰਘਰਸ਼ ਕਰਦਾ ਹੋਇਆ ਚਾਰ ਜਾਫੀ ਬਿਲਕੁਲ ਤਿਆਰ ਬਾਰ ਤਿਆਰ ਨੇ ਹੁਣ ਦੇਖਾਂਗੇ ਕਿਹੜਾ ਨੌਜਵਾਨ ਪਾਸੇ ਸ਼ੰਕਰ ਕਹਿੰਦੇ ਵੀ ਸੰਧਵਾ ਪਿੰਡ ਦਾ ਫਿਰ ਕਬੱਡੀ ਪਾਉਂਦਾ ਹੈ ਲਓ ਸਾਹਮਣੇ ਚਾਰ ਜਾਫੀਆਂ ਦੇ ਵਿੱਚੋਂ ਇਸ ਸਮੇਂ ਦੋ ਨੰਬਰ ਤੋਂ ਟਰਾਈ ਕੀਤੀ ਹੈ ਬਾਪੂ ਬਲਵੀਰ ਸਿੰਘ ਜੀ ਇਸ਼ਾਰਾ ਕਰਦੇ ਆ ਵਾਲੇ ਨੇ ਟਰਾਈ ਕੀਤੀ ਹੈ ਪਰ ਜਫਾ ਗੁਰਲਾਲ ਦੀਆਂ ਤਿੰਨ ਕਬੱਡੀਆਂ ਦੇ ਸਰਪੰਚ ਸਾਹਿਬ ਨੇ ਪੁੱਛਣਾ ਤੋਂ 1000 ਰੁਪਈਆ ਲਾਇਆ ਸੀ ਲਾਸਟ ਕਬੱਡੀ ਹੈ 16 ਵਾਲੇ ਗੁਰਲਾਲ ਦੀ ਤਾੜੀ ਮਾਰ ਦਿਓ ਦਰਸ਼ਕ ਵੀਰਿਓ 1000 ਹੋਵੇਗਾ ਜੇ ਗੁਰਲਾਲ ਭੱਜ ਗਿਆ 1000 ਰੁਪਈਆ ਹੋਵੇਗਾ ਲਓ ਫਸਵਾਂ ਮੈਚ ਹੈ ਪੂਰਾ ਜ਼ੋਰ ਲੱਗਦਾ ਮਾਂ ਮਿੱਟੀ ਦੀ ਧੂੜ ਉੜਦੀ ਹੈ ਲਓ ਸਰਪੰਚ ਸਾਹਿਬ ਕਹਿੰਦੇ 100-100 ਵਾਲੇ 10 500 ਵਾਲੇ 2 ਤੇ 1000 ਵਾਲਾ 1 ਲੈ ਵੀ ਗੁਰਲਾਲ ਸਿੰਘ ਇਧਰਲੀ ਸਾਈਡ ਨੂੰ ਪੁੱਜੀ ਇਹ 16 ਵਾਲਾ ਗੁਰਲਾਲ ਸਰਪੰਚ ਕਹਿੰਦੇ ਵੀ ਵੱਡੇ ਮਾਣ ਕਰਦੇ ਆ ਚੱਲ ਵੀ ਨੌਜਵਾਨਾਂ ਪਾਕ ਵੱਡੀ ਕਿ ਮਿੱਤਰੋ ਸ਼ਾਮਾਂ ਪੈਣ ਨੂੰ ਆਈਆਂ ਕਿਹਨੂੰ ਮਿਲਣੀ ਅੱਜ ਵਧਾਈਆਂ ਕਹਿਣ ਕੌਡੀ ਦੇ ਪਲੇਅਰ ਆਪਾਂ ਲਾਉਣੀ ਨਹੀਂ ਉਦੇਰ ਅੱਜ ਜਿੱਤ ਵਾਲੇ ਝੰਡੇ ਦੇ ਨੇ ਗੱਡ ਮਿੱਤਰੋ ਕਿ ਲੋਕੀ ਕੰਮ ਧੰਦਾ ਬੈਠੇ ਸਾਰਾ ਛੱਡ ਮਿੱਤਰੋ ਕਿ ਲੋਕੀ ਕੰਮ ਧੰਦਾ ਬੈਠੇ ਸਾਰਾ ਛੱਡ ਮਿੱਤਰੋ ਸਰਪੰਚ ਪੁੱਛਣਾ ਦਾ ਬਲਵਿੰਦਰ ਸਿੰਘ ਬਿੰਦਾ ਜਿਹਨੇ ਤਿੰਨ ਰੇਡਾਂ ਦਾ 1000 ਰੁਪਈਆ ਲਾਇਆ ਸੀ ਮੈਦਾਨ ਦੇ ਵਿੱਚ ਆ ਕੇ 16 ਦੇ ਗੁਰਲਾਲ ਨੂੰ 1000 ਰੁਪਏ ਦਾ ਪਿਆਰ ਸਨਮਾਨ ਦੇ ਗਿਆ ਹੈ ਬੜਾ ਧੰਨਵਾਦੀ ਹਾਂ ਬਹੁਤ ਪਿਆਰ ਸੁਖਰਾਜ ਸਿੰਘ ਜੀ ਨੰਬਰਦਾਰ ਸਾਹਿਬ ਵੇਰਕਾ ਮੈਂ ਉਹਨਾਂ ਦਾ ਵੱਲਾ ਵੇਰਕਾ ਚਲੋ ਵੱਲਾ ਤੇ ਵੇਰਕਾ ਲਾਗੇ ਲਾਗੇ ਜਾਂ ਵੱਲ ਹੀ ਪੈਂਦਾ ਕੋਈ ਗੱਲ ਨਹੀਂ ਇੱਧਰ ਦੋਨੋਂ ਬੁਲਾਰਿਆਂ ਦੇ ਲਈ 500-500 ਰੁਪਏ ਦੇ ਵੱਡੇ ਮਾਣ ਸਾਡੇ ਬਿੰਦਾ ਸਰਪੰਚ ਜੀ ਭੁੱਚਰ ਵਾਲੇ ਹੈ ਬਹੁਤ ਪਿਆਰ ਤੇ ਸਤਿਕਾਰ ਦੇ ਯੋਗ ਸ਼ਖਸੀਅਤ ਹੈ ਬਾਕੀ ਵੱਡੇ ਮਾਣ ਨਿਸ਼ਾਨ ਦਾ ਕਹਿੰਦੇ ਭਰਾਵਾਂ ਤੋਂ ਵੱਧ ਪਿਆਰ ਹੈ ਤੇ ਨਿਸ਼ਾਨ ਦਾ ਕਹਿੰਦੇ ਜਾਲ ਵੀ ਸਿਰੇ ਦਾ ਟਰਾਲੀਆਂ ਵੀ ਬਣ ਗਈਆਂ ਹੈ ਤੇ ਸਟੇਡੀਅਮ ਕਹਿੰਦੇ ਘਰ ਦਾ ਲੜਕੀਆਂ ਦੀਆਂ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਲੜਕੀਆਂ ਦੀਆਂ ਦੋਨੇ ਟੀਮਾਂ ਸਰਪੰਚ ਸਾਹਿਬ ਮੈਚ ਉਹ ਵੀ ਸਿਰੇ ਦਾ ਖੇਡਿਆ ਜਾਣਾ ਹੈ ਸਾਡੇ ਜਿਨ੍ਹਾਂ ਦੀ ਮੈਂ ਗੱਲ ਕੀਤੀ ਸੀ ਦੀਨਾ ਨਗਰ ਜਦੋਂ ਪਾਕਿਸਤਾਨ ਦੇ ਅੱਤਵਾਦੀਆਂ ਨੇ ਹਮਲਾ ਕੀਤਾ ਹੈ ਅਤੇ ਇੱਕ 'ਚ ਗੋਲੀਆਂ ਖਾਣ ਵਾਲਾ ਉਹ ਬੱਬਰ ਸ਼ੇਰ ਇੰਸਪੈਕਟਰ ਬਲਵੀਰ ਸਿੰਘ ਸਪੈਸ਼ਲ ਆਪਰੇਸ਼ਨ ਸੈੱਲ ਜੋ ਕਿ ਮਾਲ ਮੰਡੀ PAP ਆਪਣਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਤੈਨਾਤ ਹਨ ਉਹਨਾਂ ਨੇ 1000 ਰੁਪਈਆ ਭੇਜਿਆ ਇੱਕ 1000 ਰੁਪਈਆ ਭੇਜਿਆ 500-500 ਰੁਪਈਆ ਦੋਨਾਂ ਟੀਮਾਂ ਲਈ ਮੈਂ ਇੰਸਪੈਕਟਰ ਬਲਵੀਰ ਸਿੰਘ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਵੱਲੋਂ 1000 ਰੁਪਏ ਦਾ ਮਾਣ ਪਹੁੰਚਿਆ ਲਓ ਸਾਹਮਣੇ ਕਹਿੰਦੇ ਗੱਲ ਟਿਕਾਣੇ ਲਾਤੀ ਮੁੰਡੇ ਨੇ ਕੁਸ਼ਤੀਆਂ ਹੋਣਗੀਆਂ ਬਾਅਦ ਦੇ ਵਿੱਚ ਕਬੱਡੀ ਦਾ ਮੈਚ ਹੋਵੇਗਾ ਮੇਰੀ ਬੇਨਤੀ ਆ ਭਲਵਾਨ ਆਪਣੀ ਤਿਆਰੀ ਕਰਕੇ ਰੱਖਣਗੇ ਲਓ 16 ਦਾ ਗੁਰਲਾਲ ਕਹਿੰਦੇ ਜਿਹੜੇ ਜੱਟ ਨੇ ਕੈਨੇਡਾ ਦੇ ਮਿਸ਼ੀ ਸਾਗਾ ਦੇ ਹਰਸ਼ੀ ਸੈਂਟਰ ਦੇ ਵਿੱਚ ਬੱਲੇ ਬੱਲੇ ਕਰਵਾਈ ਹੈ ਇਹ ਆ 16 ਦਾ ਗੁਰਲਾਲ ਲਓ ਕਬੱਡੀ ਪਾ ਰਿਹਾ ਧਰਤੀ ਵੀ ਭੂਆ ਭੂਆ ਕਰਦੀ ਜਿੱਥੇ ਮੁੰਡਾ ਪੱਬ ਰੱਖਦਾ ਸਾਹਮਣੇ ਚਾਰ ਜਾਫੀ ਖੜੇ ਆ ਇੱਕ ਪਾਸੇ ਸੀਤਾ ਪੱਤਣਾ ਵਾਲਾ ਆ ਕਹਿੰਦੇ ਸ਼ਕਤੀਮਾਨ ਦਾ ਸੁਗਵਾਲ ਪਿੰਡ ਕਿੱਥੇ 25-11 ਤੇ ਕਿੱਥੇ 22 ਟੈਰਾ ਟਰਾਲਾ ਨੌਜਵਾਨ ਕਹਿੰਦੇ ਭੱਜਾ ਆਉਂਦਾ ਇਹ ਹੈ ਹੁੰਦਲ ਸਾਹਿਬ 16 ਵਾਲਾ ਗੁਰਲਾਲ ਬਿੰਦੇ ਭੁੱਚਰ ਹੋਣੀ ਕਹਿੰਦੇ ਪੁੱਤਾਂ ਤੋਂ ਵੱਧ ਪਿਆਰ ਕਰਦੇ ਆ ਤਾਂ ਹੀ ਤੇ ਕਹਿੰਦੇ 1000 ਰੁਪਈਆ ਜਿਹੜਾ ਨਾ ਉਹ ਕਬੱਡੀ ਤੇ ਲੱਗਦਾ ਲਓ ਦੇਖੋ ਸਾਹਮਣੇ ਸ਼ੰਕਰ ਸੰਧਵਾ ਵਾਲ ਸੰਧਵਾ ਪਿੰਡ ਇਸ ਨੌਜਵਾਨ ਦਾ ਹੈ ਗੱਭਰੂ ਦੀ ਪਾਈ ਹੋਈ ਕਬੱਡੀ ਇੱਕ ਪਾਸੇ ਕਹਿੰਦੇ ਰਮਨ ਤਲਵੰਡੀ ਵਾਲਾ ਹੈ ਤੇ ਨਾਲ ਕਹਿੰਦੇ ਕਾਲੇ ਦਾ ਭੈਣੀ ਪਿੰਡ ਉਧਰ ਸਾਰਾ ਟੱਬਰ ਹੀ ਪੈ ਗਿਆ ਕਿ ਹਨੇਰੇ ਨੇ ਮੱਤ ਮਾਰ ਲਈ ਤੇ ਭਾਈ ਜੀ ਤੇ ਮੈਂ ਡਿੱਗ ਪਈ ਲਓ ਦੇਖੋ ਸਾਹਮਣੇ ਪੁਆਇੰਟ ਇਸ ਵੇਲੇ ਰੇਡਰ ਦੇਸੇ ਜੁੜਦਾ ਹੋਇਆ ਖੇਡ ਮੈਦਾਨ ਦੇ ਵਿੱਚ ਸੁਖਿਆ ਪਾ ਵੀ ਕਬੱਡੀ ਨੌਜਵਾਨ ਹੈ ਹੁਣ ਲੋਕੀ ਸੋਚਦੇ ਹੋਣੇ ਵੀ ਸੁਖੇ ਦਾ ਪਿੰਡ ਰਾਜਾਂ ਵਾਲਾ ਹੈ ਤੇ ਪਿੰਡ ਕਿੱਥੇ ਕਹਿ ਇਹ ਮੁੰਡਾ ਕਹਿੰਦੇ ਕਾਫੀ ਲੰਬਾ ਪੈਂਡਾ ਤੈਅ ਕਰਕੇ ਪੁੱਜਾ ਮੇਰੇ ਮਿੱਤਰ ਪਿਆਰਿਓ ਕਾਫੀ ਲੰਬਾ ਪੈਂਡਾ ਤੈਅ ਕਰਕੇ ਪੁੱਜਾ ਇੱਥੋਂ ਕਹਿੰਦੇ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਗੱਲ ਚੱਲੂ ਤਰਨ ਤਾਰਨ ਦੀ ਤਰਨ ਤਾਰਨ ਤੋਂ ਹਰੀਕੇ ਹਰੀਕੇ ਤੋਂ ਮਖੂ ਮਖੂ ਤੋਂ ਕੋਟੀ ਸੇਖਾ ਕੋਟੀ ਸੇਖਾ ਦੇ ਨਾਲ ਪਿੰਡ ਹੈ ਮੰਦਰ ਮੰਦਰ ਦੇ ਨਾਲ ਹੈ ਖੰਬੇ ਖੰਬਿਆਂ ਦੇ ਨਾਲ ਹੈ ਰਾਜਾਂ ਵਾਲਾ ਪਿੰਡ ਮੁੰਡੇ ਦਾ ਲਓ ਰਾਜਾਂ ਵਾਲੇ ਪਿੰਡ ਦਾ ਸੁੱਖਾ ਕਬੱਡੀ ਪਾ ਰਿਹਾ ਖੇਡ ਗਰਾਊਂਡ ਦੇ ਵਿੱਚ ਲਓ ਸਾਹਮਣੇ ਕਹਿੰਦੇ ਮੁੰਡਾ ਸ਼ਾਰਪ ਬ੍ਰੇਨ ਪਲੇਅਰ ਹੈ ਅੱਜ ਤੋਂ 4 ਸਾਲ ਪਹਿਲਾਂ ਕੈਨੇਡਾ ਵੀ ਖੇਡਿਆ ਸਿੱਧੋ ਵਾਲੀ ਬਿੰਦਰ ਦੀ ਟੀਮ ਵੱਲੋਂ ਸ਼ੰਕਰ ਪਾ ਵੀ ਕਬੱਡੀ ਨੌਜਵਾਨ ਨਿਰਮਲ ਸਿੰਘ ਜੀ ਭਲਵਾਨ ਅੱਜ ਪੂਰੇ ਖੁਸ਼ ਹੈ ਵੀ ਵੱਖਰਾ ਸਵਾਦ ਇਕੱਠ ਵੀ ਪੂਰਾ ਹੈ ਤੇ ਬਾਕੀ ਕਹਿੰਦੇ ਸਵਾਦ ਵੱਜਾ ਪਿਆ ਕਬੱਡੀ ਦੀਆਂ ਟੀਮਾਂ ਵੀ ਜਿਹੜੀਆਂ ਸਿਰੇ ਦੀਆਂ ਪੁੱਜੀਆਂ ਤੇ ਅੱਜ ਭਲਵਾਨ ਜੀ ਮੁਬਾਰਕਬਾਦ ਹੈ ਕਿਉਂਕਿ ਨਿਰਮਲ ਸਿੰਘ ਭਲਵਾਨ ਦਾ ਵੱਡਾ ਨਾਮ ਸਰਦਾਰ ਨਾਜਰ ਸਿੰਘ ਦੀ ਯਾਦ ਦੇ ਵਿੱਚ ਰੌਣਕਾਂ ਲੱਗੀ
ਹੈਗੀ ਹੈ ਤੇ ਬਲਰਾਜ ਸਿੰਘ ਹੋਣੀ ਸਰਪੰਚ ਹੋਣ ਦਾ ਵੱਡਾ ਮਾਣ ਜਿਨ੍ਹਾਂ ਨੂੰ ਲਓ ਜਾਫੀ ਦਾ ਪਿੰਡ ਕਹਿੰਦੇ ਤਲਵੰਡੀ ਭਾਈ ਪਿੰਡ ਹੈ ਜਿਹੜੇ ਪਿੰਡ ਦੇ ਵਿੱਚ ਰੋਟਾਵੇਟਰ ਬਣਦੇ ਆ ਜਿਹੜੇ ਪਿੰਡ ਦੇ ਵਿੱਚ ਕੰਪਿਊਟਰ ਵਾਲੇ ਕਿਰਾਏ ਬਣਦੇ ਆ ਜਿੱਥੇ ਤਵੀਆਂ ਬਣਦੀਆਂ ਜਿੱਥੇ ਹਲ ਬਣਦੇ ਆ ਉਹ ਤਲਵੰਡੀ ਭਾਈ ਪਿੰਡ ਹੈ ਤਲਵੰਡੀ ਵਾਲੇ ਰਮੜੇ ਨੇ ਟਰਾਈ ਕੀਤੀ ਹੈ ਲਓ ਸਾਹਮਣੇ ਸੋਲਾਂ ਵਾਲੇ ਜੱਟ ਦੀ ਕਬੱਡੀ ਹੁਣ ਚਾਰ ਜਾਫੀ ਪਹਿਲਾਂ ਕੁੜੀਆਂ ਬੋਲੀ ਪਾਉਂਦੀਆਂ ਸੀ ਵੀ ਜਿੱਥੇ ਮਾਹੀਆ ਪੱਬ ਧਰਦਾ ਉੱਥੇ ਉੱਗਦਾ ਸਰੋਂ ਦਾ ਬੂਟਾ ਪਰ ਜਿੱਥੇ ਇਹਨੇ ਪੱਬ ਰੱਖਤਾ ਨਾ ਉੱਥੇ ਦਸ ਹੁਣ ਉੱਗਣਾ ਕੁੱਝ ਨਹੀਂ ਇਹ ਹੈ ਸੋਲਾਂ ਵਾਲਾ ਗੁਰਲਾਲ ਪਰ ਪੁਆਇੰਟ ਕਹਿੰਦੇ ਜਾਫੀਆਂ ਦਾ ਹੈ ਜਿਵੇਂ ਹੁੰਦਲ ਸਾਹਿਬ ਕਹਿੰਦੇ ਹੁੰਦੇ ਵੀ ਹਰ ਦਿਨ ਬੁੱਧਵਾਰ ਨਹੀਂ ਹੁੰਦਾ ਕਦੇ ਕਬੱਡੀ ਸਾਡੀ ਤੇ ਕਦੇ ਕਬੱਡੀ ਤੇ ਮਨ ਕਰਨਾ ਪਿੱਧੀ ਇਹ ਗੁਰਜੀ ਦੀ ਕੁਸ਼ਤੀ ਹੋਵੇਗੀ ਇਸ ਮੈਚ ਤੋਂ ਬਾਅਦ ਪਹਿਲਵਾਨ ਤਿਆਰ ਹੋ ਜਾਣ ਬਾਜ ਅਮਾਨ ਤੇ ਮਨ ਕਰਨ ਪਿੱਧੀ ਉਸ ਤੋਂ ਬਾਅਦ ਸਾਜਨ ਗੰਡਾ ਸਿੰਘ ਵਾਲਾ ਤੇ ਸੁੱਖਾ ਪੱਖੋਂ ਕੇ ਗੁਰਲਾਲ ਪੱਖੋਂ ਕੇ ਤੇ ਸ਼ੇਰਾ ਗੋਲਬਾਗ ਗੁਰਜੀ ਦੀ ਕੁਸ਼ਤੀ ਹੋਵੇਗੀ ਇਹ ਵੀ ਪਹਿਲਵਾਨ ਤਿਆਰ ਹੋ ਜਾਣ ਬਿੰਦਰ ਪਿੱਧੀ ਤੇ ਮੀਤ ਕੁਹਾਲੀ ਵਾਲਾ ਇੰਦਰਜੀਤ ਸੈਂਸਰਾ ਗੁਰਜੀ ਦੀ ਕੁਸ਼ਤੀ ਹੋਵੇਗੀ ਇਹ ਹੈ ਨਾਲ ਰਾਣਾ ਕੁਹਾਲੀ ਦਾ ਇਹ ਵੀ ਪਹਿਲਵਾਨ ਬਿਲਕੁਲ ਤਿਆਰ ਪਰ ਤਿਆਰ ਹੋ ਕੇ ਅਖਾੜੇ ਦੇ ਲਾਗੇ ਪਹੁੰਚ ਜਾਣ ਮੈਚ ਤੋਂ ਬਾਅਦ ਮੁਕਾਬਲੇ ਹੋਣਗੇ ਕੁਸ਼ਤੀ ਦੇ ਰਾਜਾ ਬੱਲੇ ਤੇਰੇ ਸੁੱਖਿਆ ਰਾਜਾ ਵਾਲੀ ਦਾ ਸੁੱਖਾ ਲਓ ਸੁੱਖਾ ਰਾਜਾ ਵਾਲੇ ਪਿੰਡ ਦਾ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਤੇ ਚਾਰ ਜਾਫੀ ਹੈ ਪ੍ਰਬੰਧ ਕਹਿੰਦੇ ਮੈਚ ਤੋਂ ਬਾਅਦ ਕੁਸ਼ਤੀਆਂ ਹੋਣਗੀਆਂ ਤੇ ਫਿਰ ਲੜਕੀਆਂ ਦੀਆਂ ਟੀਮਾਂ ਦਾ ਕਬੱਡੀ ਦਾ ਮੈਚ ਹੋਵੇਗਾ ਰਾਜਾ ਵਾਲੇ ਪਿੰਡ ਦਾ ਨੌਜਵਾਨ ਸੁੱਖਾ ਕਬੱਡੀ ਪਾ ਰਿਹਾ ਉੱਧਰ ਕਹਿੰਦੇ ਸੀਤਾ ਪੱਤੜਾ ਵਾਲਾ ਟਰਾਈ ਕਰਦਾ ਆ ਗੱਭਰੂ ਸੁੱਖਾ ਰਾਜਾ ਵਾਲੇ ਪਿੰਡ ਦਾ ਹੈ ਇਹ ਮੁੰਡਾ ਕਹਿੰਦੇ ਤਿੰਨਾਂ ਕੁ ਸਾਲਾਂ ਦਾ ਸੀ ਜਦੋਂ ਬਾਪ ਮਾਂ ਦਾ ਸਾਇਆ ਸਿਰ ਤੋਂ ਉੱਠ ਗਿਆ ਉਹ ਬਾਪ ਨੇ ਕਹਿੰਦੇ ਬੜੇ ਦੁੱਖ ਝੱਲ ਕੇ ਪਾਲਿਆ ਕਿ ਮਾਂ ਮਰੇ ਤਾਂ ਮੁੱਕ ਜਾਣ ਮਾਪੇ ਪਿਓ ਮਰੇ ਕਰ ਵਿਹਲਾ ਕਿ ਜਿਸ ਦਿਨ ਵੀਰ ਪਿਆਰੇ ਤੁਰ ਜਾਣ ਉੱਜੜ ਜਾਂਦਾ ਹੈ ਮੇਲਾ ਲਓ ਸ਼ੰਕਰ ਸੰਧਵਾਂ ਵਾਲਾ ਚਾਰ ਜਾਫੀ ਇੱਕ ਪਾਸੇ ਪੂਲੇ ਪਿੰਡ ਦਾ ਅਰਸ਼ ਨਾਲ ਪੱਟੀ ਦਾ ਬਲਜੀਤ ਨਾਲ ਕਾਲਾ ਭੈਣੀ ਵਾਲਾ ਆਹ ਮੁੰਡੇ ਦਾ ਭੀਖੀ ਪਿੰਡ ਦੇ ਲਾਗੇ ਭੈਣੀ ਪਿੰਡ ਹੈ ਭਲਵਾਨ ਜੀ ਕੁਸ਼ਤੀ ਵਾਲੇ ਭਲਵਾਨ ਤਿਆਰ ਹੈ ਹੁਣ ਬਸ ਤੁਹਾਡੀ ਜ਼ਿੰਮੇਵਾਰੀ ਹੈ ਪ੍ਰਬੰਧਕਾਂ ਨੇ ਕਹਿੰਦੇ ਵੱਡਾ ਮਾਣ ਦਿੱਤਾ ਹੈ ਲਓ ਸਾਹਮਣੇ ਦੇਖੋ ਲਾਡੀ ਦਾ ਕਹਿੰਦੇ ਮਹਿਦੀਪੁਰ ਪਿੰਡ ਬਾਰਡਰ ਦੇ ਪਿੰਡ ਹੈ ਲਓ ਸਾਹਮਣੇ ਕਹਿੰਦੇ ਲਾਡੀ ਮਹਿਦੀਪੁਰੀ ਹੈ ਜਿਹੜੇ ਪਿੰਡ ਦੀਆਂ ਤਿੰਨ ਕੋਨਾ ਕਹਿੰਦੇ ਪਾਕਿਸਤਾਨ ਦੇ ਵਿੱਚ ਹੈ ਤੇ ਇੱਕ ਪਾਸਾ ਪੰਜਾਬ ਦੇ ਵਿੱਚ ਹੈ ਇਹ ਮੁੰਡਾ ਕਹਿੰਦੇ ਵੀ ਉਹ ਪਿੰਡ ਦਾ ਕਬੱਡੀ ਪਾ ਰਿਹਾ ਲਓ ਕਹਿੰਦੇ ਵੀ ਕਬੱਡੀ ਦੇ ਉਹ ਖਿਡਾਰੀ ਪੁੱਜੇ ਅੱਜ ਇਹ ਧਰਤੀ ਤੇ ਜਿਨ੍ਹਾਂ ਨੇ ਮੋਟਰਸਾਈਕਲ ਜਿੱਤੇ ਜਿਨ੍ਹਾਂ ਨੇ ਗੱਡੀਆਂ ਜਿੱਤੀਆਂ ਸੋਨੀ ਨੇ ਰਾਤ ਕਹਿੰਦੇ 11:30 ਵਜੇ ਮੋਟਰਸਾਈਕਲ ਜਿੱਤਿਆ ਤੇ ਮਾਂ ਨੇ ਕਹਿੰਦੇ ਕੌਲਿਆਂ ਦੇ ਤੇਲ ਚੋਇਆ ਮਹਿੰਦਰ ਸਿੰਘ ਬੋਪਾ ਰਾਏ ਨੂੰ ਲੋਕਾਂ ਨੇ ਵਧਾਈਆਂ ਦਿੱਤੀਆਂ ਇੱਕ ਪਾਸੇ ਸੋਨੀ ਵਕੀਲਾਂ ਵਾਲੇ ਪਿੰਡ ਦਾ ਖੜਾ ਆਹ ਮੁੰਡੇ ਨੂੰ ਪਿਆਰ ਨਾਲ ਮੋਟਾ ਕਹਿੰਦੇ ਆ ਇਹਦਾ ਯਾਰ ਕਹਿੰਦੇ ਰਾਜੂ ਚੌੜੇ ਮਧਰੇ ਵਾਲਾ ਯੂਰਪ ਵੱਸ ਗਿਆ 2 ਨੰਬਰ ਤੋਂ ਪੱਟੀ ਦਾ ਬਲਜੀਤ ਕਰਦਾ ਟਰਾਈ ਨਹੀਂ ਰੀਸਾ ਕੇ 2 ਨੰਬਰ ਦਾ ਬੰਦਾ ਮਾੜਾ ਤੇ 2 ਨੰਬਰ ਦਾ ਧੰਦਾ ਮਾੜਾ ਦੇਖੋ ਸਾਹਮਣੇ ਪੂਰੀ ਪੱਲੇ 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 ਸਵਾਦ ਕਰ ਦਿੱਤਾ ਹੈ ਉਹ ਬਾਈ ਜੇ ਮੈਚਾਂ ਦਾ ਨਜ਼ਾਰਾ ਹੈ ਆ ਰਿਹਾ ਇੱਕ ਵਾਰੀ ਤਾੜੀ ਨਹੀਂ ਉਹ ਵੱਡਾ ਸਾਰਾ ਤਾੜਾ ਠੋਕ ਦੋ ਮੇਰੇ ਮਿੱਤਰੋ ਪਤਾ ਲੱਗੇ ਵੀ ਆਹ ਧਰਤੀ ਦੇ ਸਿਰਾ ਹੋ ਰਿਹਾ ਹੈ ਵੀ ਜਾਂ ਫਿਰ ਤੇਰਾ ਲੌਂਗ ਗਵਾਚੂ ਤੇ ਜਾਂ ਜੁੱਪੜਾ ਢੋਲਦਾ ਪਾਟੂ ਜਾਂ ਜੇ ਤੇਰਾ ਲੌਂਗ ਗਵਾਚੂ ਜਾਂ ਜੁੱਪੜਾ ਢੋਲਦਾ ਪਾਟੂ ਮੁੰਡੇ ਦਾ ਸਰੀਰ ਦੇਖੋ ਦਰਸ਼ਕ ਵੀਰੋ ਸਰੀਰ ਦੇਖਣ ਵਾਲਾ 500 ਰੁਪਇਆ ਸਾਡੇ ਬਿੰਦਾ ਪੁੱਚਰ ਜੀ ਕਾਕਾ ਨਾਮ ਹੈ ਪੁੱਚਰ ਸਰਪੰਚ ਉਹਨਾਂ ਵੱਲੋਂ 500 ਰੁਪਇਆ ਲੱਗਾ ਹੋਇਆ ਇਹ ਮੁੰਡੇ ਦੀਆਂ ਕਬੱਡੀਆਂ ਦੇ ਇੱਕ ਜੱਫਾ ਲਾ ਕੇ ਦਿਖਾ ਦੇ ਲਓ ਤੀਰ ਥੇਰਾ ਵਾਲਾ ਤੇ ਨਾਲ ਹੀ ਵਲੈਤੀਆ ਸਗੋਜਰੇ ਵਾਲਾ ਲਓ ਦੇਖਾਂਗੇ ਮਾਣਕ ਤਾਲੀ ਵਾਲਾ ਬੇਟ ਵਾਲਾ ਲਓ ਇਹਦੇ ਪਾਸੇ ਬੱਲੇ ਬੱਲੇ ਕਰਦਾ ਹੋਇਆ ਪਰ ਸਗੋਜਰੇ ਵਾਲਾ ਕਹਿੰਦਾ ਵੀ ਮੈਂ ਡਾਕੇ ਦਿਖਾਉਣਾ ਇਸ ਗੱਭਰੂ ਨੂੰ ਪਰ ਭੈਣ ਜਿਹੜਾ ਤਾਵੀ ਦੇ ਖਾਤੇ ਵੀ ਜੁੜਦਾ ਹੈ ਹੈਲੋ ਚੱਲ ਵੀ ਵੈਰੋ ਵਾਲਿਆ ਪਾ ਅਗਰੀ ਇਧਰਲੇ ਪਾਸੇ ਹਰਜੀਤ ਸਿੰਘ ਜੀ ਬਲ ਸਾਹਿਬ ਵੱਡੇ ਮਾਣ ਭੇਜਦੇ ਨੇ ਲਓ ਭਾਜੀ ਕਹਿੰਦੇ ਆ ਤੇ ਉਹ ਗੱਲ ਬਣਦੀ ਹੈ ਅੰਨਾ ਮਾਰੇ ਅੰਨੀ ਨੂੰ ਕਸੋਂ 9 ਵਜੇ ਥੰਮੀ ਨੂੰ ਕੋਈ ਸੁਣਦਾ ਨਹੀਂ 2 ਕਬੱਡੀਆਂ ਇਧਰੋਂ ਪਵਾਈ ਜਾਓ 2 ਆਪਾਂ ਇਧਰੋਂ ਨਿਸ਼ਾਨ ਸਿਆ ਕਹਿੰਦੇ ਪਵਾਈ ਜਾਈਏ ਸਵਾਦ ਜਿਹੜਾ ਦਰਸ਼ਕਾਂ ਨੂੰ ਆ ਸਕੇ ਲਓ ਕਹਿੰਦੇ ਵੈਰੋ ਕੇ ਪਿੰਡ ਵਾਲਾ ਰੂਪਾ ਲੋਪੋ ਕੇ ਚਗਾਵੇਂ ਦੇ ਲਾਗੇ ਪਿੰਡ ਹੈ ਨੌਜਵਾਨ ਦਾ ਖੇਡ ਦੇ ਮੈਦਾਨ ਦੇ ਵਿੱਚ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਇਧਰਲੇ ਪਾਸੇ ਸਾਡੇ ਮੈਦਾਨ ਵੀ ਪੁੱਜਦਾ ਕਰ ਦਿਓ ਪਾਣੀ ਮੇਰੇ ਵੀਰੋ ਖਤਮ ਹੋ ਗਿਆ ਵਰਿਆਮ ਸਿੰਘ ਦੀ ਡਿਊਟੀ ਹੈ ਪਾਣੀ ਪੁੱਜਦਾ ਕਰ ਦਿਓ ਮੈਦਾਨ ਦੇ ਵਿੱਚ ਲਓ ਸੁੱਖੇ ਪਾ ਵੀ ਅਗਲੀ ਕਬੱਡੀ ਇੱਕ ਇੱਕ ਕਬੱਡੀ ਪਾਓ ਮੇਰੇ ਵੀਰੋ ਚਾਰ ਜਾਫੀ ਅਗਲੇ ਪਾਸੇ ਤਿਆਰ ਬਾਰ ਤਿਆਰ ਨੇ ਪਰਲੀ ਗਣੀ ਦੇ ਜੱਗਾ ਲਲੀਆਂ ਵਾਲਾ ਲਓ ਜ਼ਿਲ੍ਹਾ ਜਲੰਧਰ ਦਾ ਮਹਾਨ ਜਾਫੀ ਪਰ ਇਧਰੇ ਪਾਸੇ ਦੇਖਾਂਗੇ ਹੁਣ ਆਹ ਸਗੋਜੇ ਵਾਲਾ ਸੁਰਗਪੁਰ ਦੇ ਲਾਗੇ ਨਗਰ ਹੈ ਵਲੈਤੀਆ ਆਖਦੇ ਗੱਭਰੂ ਨੂੰ ਜੱਫਾ ਲਾ ਕੇ ਤਾਂ ਗੱਭਰੂ ਨੇ ਭਲਵਾਨੀ ਦੀ ਵੀ ਗੱਲ ਹੋਵੇਗੀ ਲੈ ਵੀ ਨੌਜਵਾਨਾਂ
ਕਹਿੰਦੇ ਪੁੱਤ ਪੈਦਾ ਦੇ ਕਰਦੀ ਏ ਕੁੱਲ ਦੁਨੀਆ ਮਲ ਬਣਾ ਦਖਲ ਨੇ ਲੋਕੋ ਬੜੇ ਔਖੇ ਯਫਰ ਯਾਲਣੇ ਔਲਾਦ ਲਈ ਪੈਣ ਸਦਾ ਯਫਰ ਯਾਲਣੇ ਲੋਕੋ ਬੜੇ ਔਖੇ ਸੇਵਾ ਪੁੱਤਾਂ ਦੀ ਹੁੰਦੀ ਹੱਡ ਬਾਲ ਕੇ ਜੀ ਹੱਡ ਬਾਲਣੇ ਲੋਕੋ ਬੜੇ ਔਖੇ ਗੱਲੀ ਬਾਤੀ ਦੇ ਕੜਾਹ ਸਾਰੇ ਕਰ ਲੈਂਦੇ ਪੁੱਤ ਪਾਲਣੇ ਲੋਕੋ ਬੜੇ ਔਖੇ ਪੁੱਤ ਬਪਰਾਵਾਂ ਦੇ ਮਤੀ ਜੀ ਆ